ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਜਿੰਨੇ ਵੀ ਦਰਸ਼ਕ ਇਸ ਟਾਈਮ ਥਰਸਡੇ ਨੂੰ ਰੋਜ਼ਾਨਾ ਜਦ ਵੀ ਅਸੀਂ ਵੀਕ ਦੇ ਵਿੱਚ ਆਉਂਦੇ ਹਾਂ ਤਾਂ ਤੁਸੀਂ ਸਾਨੂੰ ਸਵਾਲ ਵੀ ਕਰਦੇ ਹੋ ਔਰ ਸਾਡੇ ਤੋਂ ਕਈ ਸਾਰੇ ਆ ਜਿਹੜੇ ਐਡਵਾਈਸਸ ਹਨ ਉਹ ਵੀ ਸੁਣਦੇ ਹੋ। ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਤਾਰੂਫ ਕਰਾਵਾਂਗੇ ਹਰਮਨ ਸਿੰਘ ਜੀ ਹੋਰਾਂ ਨਾਲ, ਉਹਨਾਂ ਦੀ ਟੀਮ ਦੇ ਨਾਲ, ਜੋ ਕਿ ਮੌਰਗੇਜ ਦੇ ਵਿੱਚ ਮੱਲਾ ਮਾਰਨ ਤੋਂ ਬਾਅਦ ਹੁਣ ਰੀਅਲ ਅਸਟੇਟ ਜਗਤ ਦੇ ਵਿੱਚ ਵੀ ਮੱਲਾ ਮਾਰ ਰਹੀਆਂ ਹਨ। ਔਰ ਨਾਲ ਹੀ ਉਹ ਜਿਹੜਾ ਤੁਹਾਡਾ ਡ੍ਰੀਮ ਹਾਊਸ ਹੈ ਉਹ ਤੁਹਾਨੂੰ ਨਿਊਯਾਰਕ ਵਿਖੇ ਯਾਨੀ ਕਿ 5 ਬੋਰੋਆਂ ਦੇ ਵਿੱਚ ਔਰ ਨਾਸੋ ਅਤੇ ਸਫਲਕ ਕਾਉਂਟੀ ਦੇ ਵਿੱਚ ਦੇਣ ਦੇ ਵਿੱਚ ਵਚਨਬੰਦ ਹੋ ਰਹੀਆਂ ਹਨ। ਔਰ ਜੇਕਰ ਤੁਸੀਂ ਆਪਣਾ ਡ੍ਰੀਮ ਹਾਊਸ ਹਜੇ ਤੱਕ ਬਾਏ ਨਹੀਂ ਕੀਤਾ ਤਾਂ ਤੁਸੀਂ ਆਪਣਾ ਡ੍ਰੀਮ ਹਾਊਸ ਓਮਨੀ ਰਿਐਲਿਟੀ ਦੇ ਨਾਲ ਬਾਏ ਕਰ ਸਕਦੇ ਹੋ। ਔਰ ਜੇਕਰ ਤੁਹਾਡੀ ਮੌਰਗੇਜ ਵੀ ਨਹੀਂ ਹੈ ਤਾਂ ਇੱਕ ਛੱਤ ਦੇ ਥੱਲੇ ਤੁਹਾਨੂੰ ਦੋਵੇਂ ਸਰਵਿਸਿਜ਼ ਮਿਲਣਗੀਆਂ। ਆਓ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਪੰਜਾਬ ਐਵੀਨਿਊ, ਜਿੱਥੇ ਸਾਡੇ ਨਾਲ ਮੌਜੂਦ ਹਨ ਹਰਮਨ ਸਿੰਘ ਜੀ ਅਤੇ ਉਹਨਾਂ ਦੀ ਓਮਨੀ ਰਿਐਲਿਟੀ ਟੀਮ ਤੋਂ ਗੁਰਦੀਪ ਸਿੰਘ ਜੀ, ਜਿਨ੍ਹਾਂ ਦਾ ਅਸੀਂ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਮਨ ਸਿੰਘ ਜੀ, ਸਤਿ ਸ਼੍ਰੀ ਅਕਾਲ ਗੁਰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹੋਪ ਐਵਰੀਥਿੰਗ ਇਜ਼ ਫਾਈਨ ਵਿਦ ਯੂ ਹਰਮਨ ਸਿੰਘ ਜੀ। Everything is fine, ji. Welcome back. वापस आ गए हो तुसी, you know, we miss you. जी. How was India? The trip was. How was the trip in India? Trip was very good in India. I went there for my sister's wedding, and hopefully everything went really very well. और बहुत बढ़िया मजा आया जाके उठे, अपने परिवार नू मिले मैं, ते नाल ही दरबार साहब भी गया, गुरु रामदास जी दी चरण छो प्राप्त धरती दे उते जाके बहुत आनंद आया। बड़ी बढ़िया सोनी सोनी फोटो देखी है फेसबुक पे। It was very nice wedding. Thank you. Pandemic during ਤੁਸੀਂ ਸੋਹਣੀ ਵੈਡਿੰਗ ਕੀਤੀ, I was very impressed. ਸੋਹਣੇ ਤੁਸੀਂ handsome ਲੱਗ ਰਹੇ ਸੀਗੇ। Thank you so much ਹਰਮਨ ਸਿੰਘ ਜੀ, and I think ਮੈਂ ਇੱਥੋਂ ਦੀ ਗਿਆ ਔਰ ਸੁਣਨ ਚ ਆਇਆ ਕਿ ਰੀਅਲ ਏਸਟੇਟ ਮਾਰਕੀਟ ਹੋਰ ਵੀ ਗਰਮ ਹੋ ਗਈ ਹੈ। ਵਾਪਸ ਆ ਕੇ ਮੈਨੂੰ ਪਤਾ ਚੱਲਿਆ ਕਿ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਬਹੁਤ ਬੂਮ ਆਇਆ ਹੋਇਆ ਇਸ ਟਾਈਮ। ਜਿਹੜੇ ਬਾਇਰਸ ਨੇ ਉਹ ਘਰ ਲੱਭ ਰਹੇ ਨੇ ਔਰ ਸਭ ਤੋਂ ਪਹਿਲੀ ਗੱਲ ਕਿ ਬਈ ਜਿਹੜਾ ਸਕੂਲ ਹੈ ਉਹ ਵੀ ਸਟਾਰਟ ਹੋ ਚੁੱਕਿਆ ਹੁਣ ਨਿਆਣਿਆਂ ਦਾ, ਤੇ ਲੱਗਦਾ ਮੈਨੂੰ ਹੁਣ ਜਿਹੜੇ ਪੇਰੈਂਟਸ ਨੇ ਉਹ ਵਧੀਆ ਸਕੂਲ ਡਿਸਟ੍ਰਿਕਟ ਵੀ ਢੂੰਡਣਗੇ ਘਰ ਬਾਏ ਕਰਨ ਤੋਂ ਪਹਿਲਾਂ। ਤੇ ਗੁਰਦੀਪ ਸਿੰਘ ਜੀ, ਹਰਮਨ ਸਿੰਘ ਜੀ, ਕੀ ਹੈ ਮਾਰਕੀਟ ਦੇ ਵਿੱਚ ਕੀ ਹਵਾ ਚੱਲ ਰਹੀ ਹੈ, ਐਂਡ ਵੈਨ ਇਟ ਕਮਸ ਟੂ ਰੀਅਲ ਏਸਟੇਟ ਬਿਜ਼ਨਸ ਵਾਟਸ ਨਿਊ ਇਨ ਦ ਮਾਰਕੀਟ? ਦੇਖੋ ਮਾਰਕੀਟ ਜਿਹੜੀ ਹੈ ਇਸ ਟਾਈਮ ਹੌਟ ਤੇ ਕੰਟੀਨਿਊਸ ਚੱਲ ਰਹੀ ਹੈ 2.5 ਸਾਲ ਤੋਂ। ਹੁਣ ਇਹ ਹੈ ਕਿ ਬਈ ਫੀਡਬੈਕ ਇਹ ਮਿਲ ਰਿਹਾ ਹੈ ਕਿ ਜਿਹੜੇ ਜਿਨ੍ਹਾਂ ਨੇ ਪਲਾਨ ਕੀਤਾ ਸੀਗਾ ਅਸੀਂ ਲੌਂਗ ਰਨ ਮੂਵ ਕਰ ਜਾਈਏ, ਬੱਚਿਆਂ ਦਾ ਸਕੂਲ ਖੁੱਲ ਗਿਆ, ਬੱਚਿਆਂ ਨੂੰ ਫਸਟ ਹੈਂਡ ਜਿਹੜਾ ਮਿਲ ਰਿਹਾ ਐਕਸਪੀਰੀਅੰਸ ਕਿ ਵੀ ਸਕੂਲ ਡਿਸਟ੍ਰਿਕਟ ਅੱਛੇ ਨੇ, ਬੱਚੇ ਕਲਾਸਾਂ 'ਚ ਘੱਟ ਹੈਗੇ ਨੇ, ਜ਼ਿਆਦਾ ਕਰਾਊਡਡ ਸਕੂਲ ਨਹੀਂ ਹੈਗੇ, ਪ੍ਰਾਪਰਟੀਆਂ ਵੱਡੀਆਂ ਨੇ, ਲਾਟ ਸਾਈਜ਼ ਯੂ ਨੋ ਵੱਡੇ ਨੇ, ਤੇ ਫੈਮਿਲੀਜ਼ ਦਾ ਜੋ ਐਕਸਪੀਰੀਅੰਸ ਹੈ ਜੋ ਸਾਨੂੰ ਫੀਡਬੈਕ ਮਿਲ ਰਿਹਾ ਪਿਛਲੇ ਇੱਕ ਹਫ਼ਤੇ ਤੋਂ ਕਿ ਸਾਨੂੰ ਕਾਲਾਂ ਆਉਂਦੀਆਂ ਨੇ ਵੀ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਸਾਨੂੰ ਘਰ ਲੈ ਕੇ ਦਿੱਤਾ, ਸਾਡਾ ਲੋਨ ਕਰਾਇਆ, ਦੇ ਸੋ ਹੈਪੀ। ਤੇ ਅਸੀਂ ਇਹੀ ਚੇਂਜ ਅਸੀਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਵਿੱਚ ਆਵੇ ਕਿ ਤੁਸੀਂ ਆਪਣੇ ਬੱਚਿਆਂ ਵਾਸਤੇ ਯੂ ਗੋ ਟੂ ਕੁਈਨਜ਼ ਦੇ ਸਕੂਲ, ਸਿਟੀ ਦੇ ਸਕੂਲ ਮਾੜੇ ਨਹੀਂ ਹੁੰਦੇ, ਬਟ ਐਵੇਂ ਕਿ ਇੱਥੇ ਪਾਪੂਲੇਸ਼ਨ ਜ਼ਿਆਦਾ ਕਰਕੇ ਸਕੂਲ ਬਹੁਤ ਕਰਾਊਡਡ ਹੁੰਦੇ ਨੇ ਤੇ ਟੀਚਰ ਦੀ ਤੇ ਸਟੂਡੈਂਟ ਦੀ ਇੰਟਰੈਕਸ਼ਨ ਜਿਹੜੀ ਬੜੀ ਘੱਟ ਹੁੰਦੀ ਹੈ ਇੱਥੇ ਜੋ ਵਰਸਿਸ ਕਿ ਲੌਂਗ ਰਨ ਵੀ ਜਾਂਦੇ ਹੋ। ਲੌਂਗ ਰਨ ਸਕੂਲ ਡਿਸਟ੍ਰਿਕਟ ਵਿੱਚ ਲਿਮਿਟ ਹੁੰਦੀ ਹੈ ਬੱਚੇ ਕਿੰਨੇ ਕਲਾਸ ਵਿੱਚ ਹੋਣਗੇ, ਅਗਰ ਬੱਚੇ ਵੱਧ ਗਏ ਨੇ ਉਹ 2 ਸੈਕਸ਼ਨ ਕਰ ਦੇਣਗੇ, 3 ਸੈਕਸ਼ਨ ਕਰ ਦੇਣਗੇ। ਤੇ ਜੋ ਸਾਨੂੰ ਵੀ ਆਰ ਵੈਰੀ ਪ੍ਰਾਊਡ ਕਿ ਜੋ ਸਾਨੂੰ ਕੰਪਲੀਮੈਂਟ ਮਿਲ ਰਹੇ ਨੇ, ਜੋ ਮੂਵ ਹੋਏ ਨੇ, ਬੱਚੇ ਸਕੂਲ ਜਾ ਰਹੇ ਨੇ, ਸਕੂਲ ਜਾ ਕੇ ਨਵੇਂ ਫਰੈਂਡਸ ਬਣਾ ਰਹੇ ਨੇ। ਇਟ ਇਜ਼ ਅ ਬਿਗ ਲਾਈਫ ਚੇਂਜਿੰਗ ਐਕਸਪੀਰੀਅੰਸ ਹੋ ਰਿਹਾ ਹੈ ਔਰ ਅਸੀਂ ਇਨਕਰੇਜ ਕਰਦੇ ਹਾਂ ਕਿ ਜਿਹੜੀ ਬਾਕੀ ਲੋਕ ਆਪਣਾ ਮਾਈਂਡ ਮੇਕਅਪ ਕਰਨਾ ਚਾਹੁੰਦੇ ਕਰ ਲੈਣ ਵਾਸਤੇ ਸਾਨੂੰ ਇੱਕ ਵਾਰੀ ਕਾਲ ਕਰੋ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਕੋਈ ਐਪਲੀਕੇਸ਼ਨ ਨਹੀਂ ਹੈ, ਕੋਈ ਚਾਰਜ ਨਹੀਂ ਹੈ, ਇਜ਼ ਅ ਫ੍ਰੀ ਸਰਵਿਸ ਜੋ ਅਸੀਂ ਦਿੰਦੇ ਹਾਂ। ਤੁਸੀਂ ਘਰ ਸਾਡੇ ਕੋਲ ਲੋਗੇ ਇਟਸ ਗੁੱਡ, ਨਹੀਂ ਲੋਗੇ ਵੀ ਸਟਿਲ ਹੇਅਰ ਫॉर ਯੂ, ਕਿਉਂਕਿ ਸਾਡਾ ਮੋਟਿਵ ਹੈ ਕਿ ਅਸੀਂ ਵੀ ਆਰ ਵੈਰੀ ਓਨੈਸਟ ਐਂਡ ਸਟ੍ਰੇਟ ਅਪ ਕੰਪਨੀ ਕਿ ਤੁਹਾਨੂੰ ਅਸੀਂ ਜੋ ਵੀ ਇਨਫੋਰਮੇਸ਼ਨ ਦੇਣੀ ਬਿਲਕੁਲ ਸਿੱਧੀ ਸਹੀ ਦੇਣੀ ਹੈ। ਤੇ ਕੱਲ ਤੋਂ ਅਗਰ ਕੋਈ ਇਨਫੋਰਮੇਸ਼ਨ ਤੁਹਾਨੂੰ ਦਿੰਦਾ ਹੈ ਕਿ ਜਿਹੜੀ ਤੁਹਾਨੂੰ ਬੈਟਰ ਲੱਗਦੀ ਹੈ, ਮੇ ਬੀ ਸਮਟਾਈਮ ਇਜ਼ ਨਾਟ ਬੈਟਰ ਲੱਗਦੀ ਬੈਟਰ, ਤੇ ਸਾਨੂੰ ਕੰਸਲਟ ਕਰੋ। ਅਸੀਂ ਤੁਹਾਨੂੰ ਪੂਰਾ ਦੱਸਾਂਗੇ ਵੀ ਜੋ ਤੁਸੀਂ ਸਟੈਪ ਲੈ ਰਹੇ ਹੋ ਠੀਕ ਹੈ, ਅਗਰ ਨਹੀਂ ਮਾਈਂਡ ਬਣਿਆ ਮਾਈਂਡ ਬਣਾਓ, ਇੱਕ ਵਾਰੀ ਮਨ ਬਣਾਓ ਤੇ ਆ ਜਾਓ। ਬਿਲਕੁਲ ਮਨ ਬਣਾਓ ਤੇ ਓਮਨੀ ਰਿਐਲਿਟੀ ਤੁਸੀਂ ਚੱਲ ਜਾਓ। 5164417000 ਦੇ ਕੋਲ ਜਿਹੜਾ ਹੈਗਾ ਤੁਸੀਂ ਕਰ ਸਕਦੇ ਹੋ, 7184417000 ਤੇ ਹਰਮਨ ਸਿੰਘ ਜੀ ਹੋਰਾਂ ਨਾਲ ਤੁਸੀਂ ਜਿਹੜਾ ਰਾਬਤਾ ਕਰ ਸਕਦੇ ਹੋ ਜੇਕਰ ਤੁਹਾਡਾ ਮਨ ਬਣ ਰਿਹਾ ਘਰ ਲੈਣ ਦਾ। ਇਹਨਾਂ ਦੀ ਜਿਹੜੀ ਟੀਮ ਹੈ ਬੜੀ ਪ੍ਰੋਫੈਸ਼ਨਲ ਹੈ, ਇਹਨਾਂ ਦੀ ਟੀਮ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਵੀ ਬਹੁਤ ਪ੍ਰੋਫੈਸ਼ਨਲ ਨੇ ਔਰ ਪ੍ਰੋਫੈਸ਼ਨਲ ਤੋਂ ਮੈਨੂੰ ਹਮੇਸ਼ਾ ਗੁਰਦੀਪ ਸਿੰਘ ਜੀ ਵੀ ਯਾਦ ਆਉਂਦੇ ਹਨ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਓਮਨੀ ਰੀਅਲ ਅਸਟੇਟ ਓਮਨੀ ਰਿਐਲਿਟੀ ਦਾ ਹਿੱਸਾ ਵੀ ਹਨ ਔਰ ਕਈ ਸਾਰੇ ਲੋਕਾਂ ਦਾ ਉਹ ਵੀ ਸੁਪਨਾ ਜਿਹੜਾ ਹੈਗਾ ਸਾਕਾਰ ਕਰ ਚੁੱਕੇ ਹਨ। When it comes to their dream house, he is always there. He is also helping out the community. He always emphasizes on giving you, you know, the good quality houses in your neighborhood, whether you're looking your house in Queens, whether you're looking your house in Long Island, He's there for you. He always give you a good advice. So Gurdeep ji, ki advice हैगी है जेड़े हुन घर वेख रहे ने। सत श्री अकाल जी हरकीरत, पहला तो बहुत-बहुत बधाइयां, हार्टियस्ट कांग्रेचुलेशन ਤੁਹਾਡੇ ਸਿਸਟਰ ਦੀ ਮੈਰਿਜ ਦੇ ਉੱਤੇ। Thank you so much Gurdeep ji. Went well. Thank you so much. ਹਾਂਜੀ ਤੇ ਐਡਵਾਈਸ ਤਾਂ ਇਹੀ ਹੈ ਜੀ ਦੇਖੋ ਰਿਚਮੰਡ ਹਿੱਲ ਹੈ, ਲੌਂਗ ਆਈਲੈਂਡ ਹੈ, ਸਫਕ ਹੈ, ਐਨੀ ਕਮਿਊਨਿਟੀ ਯੂ ਆਰ ਲੁਕਿੰਗ ਟੂ ਬਾਈ অর ਸੈਲ ਵੀ ਆਰ ਆਲਵੇਸ देयर फॉर यू। ਸਾਡੇ ਦੋ ਆਫਿਸਸ ਹੋਣ ਕਰਕੇ ਸਾਡੀ ਅਪਰੋਚ ਹਰ ਪਾਸੇ ਹੁਣ ਕਾਫੀ क्लोज है। जैसे रिचमंड हिल पे है ही है, एस्टैब्लिश्ड है, हिक्सविल के भी साडा ऑफिस ओपन हो चुका है। जैसे मतलब पूरी तैयारी नाल पूरे फुल फ्लैज ਅਸੀਂ अपनी ਜਿਹੜੀ ਸਾਡੀ ਟੀਮ है वी आर वेरी एग्रेसिव टीम। ਅਸੀਂ जो साडे क्लाइंट दी साडे बायर दी रिक्वायरमेंट है, जो साडे सेलर दी रिक्वायरमेंट है, ਅਸੀਂ ਉਹਨੂੰ ਫੁਲਫਿਲ ਕਰਦੇ ਹਾਂ। ਤੇ ਸਾਡੇ ਕੋਲ ਬਾਇਰਸ ਵੀ ਇਸ ਟਾਈਮ ਇੰਨੇ ਜ਼ਿਆਦਾ ਹੈਗੇ ਨੇ ਜਿਵੇਂ ਕੋਈ ਸੈਲਰ ਕੋਈ ਲਿਸਟਿੰਗ ਸਾਡੇ ਕੋਲ ਆਂਦੀ ਹੈ वी हैव आवर बायर्स ਅਸੀਂ वी ट्राई टू सेल इट एज सून एज पॉसिबल। ਤੇ ਹੁਣ ਰੀਸੈਂਟਲੀ क्वींस विलेज लिस्टिंग आई है, they within a week we have already like 5 to 10 offers, and now we are negotiating the price, and the seller is very happy, seller is very excited, they are getting the top dollars. So we do have buyers, we are getting listings. So tusi agar kuch bhi plan kar rahe ho, soch rahe ho, jo bhi toda agar tode mind ch kuch chal bhi raha hai te agar tonu nahi samajh aa raha assi ki kitna kariye, kitna start kariye, please call us, office aao, man banao te aa jao, ikko sada slogan hai te definitely अपना मन बनाओ तो साडे कोल आओ, साडे नाल डिस्कस करो। ये कहंदे मन बनाओ ते आ जाओ ते छा जाओ ते छाओगे तुसी जब तुसी अपना मन बनाओगे। हरमन सिंह जी होरां नू, गुरदीप सिंह जी होरां नू तुसी 7184417000 ते कॉल घुमाओगे और उस तो बाद तुसी अपने घर दी जेड़ियां चाबियां हन, जेड़े घर दे तुहाडे की हन, जेड़े घर दे तुहाडे जिंदे लगे होए ने, जिस घर नू उस घर नू खोलणगे भी और तुहानू तुहाडा जेड़ा ड्रीम हाउस है ओह दवाउणगे भी। और ऑन टॉप ऑफ दैट ਇਹ ਜਿਹੜਾ ਤੁਹਾਡਾ ਘਰ ਸਿਰਫ ਦਵਾਉਂਦੇ ਨਹੀਂ ਹਨ, ਤੁਹਾਡਾ ਘਰ ਵੇਚਦੇ ਵੀ ਹਨ। ਜੇਕਰ ਤੁਸੀਂ ਆਪਣਾ ਘਰ ਵੇਚਣਾ ਵੀ ਚਾਹੁੰਦੇ ਹੋ ਤਾਂ ਵੀ ਇਹ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਐਂਡ ਯੂ ਕੈਨ ਹਾਇਰ them for selling your house and they will definitely try to give you a top dollar on your house. And if you are asking for example $900,000 they will definitely try to sell your house more than that amount. asking price ਤੋਂ ਉੱਤੇ ਜਿਹੜਾ ਹੈਗਾ ਹਮੇਸ਼ਾ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਕਈ ਸਾਰੇ ਜਿਹੜੇ ਇਹਨਾਂ ਦੇ ਕਲਾਇੰਟਸ ਨੇ ਉਹ ਇਹਨਾਂ ਨੂੰ ਥੈਂਕ ਯੂ ਵੀ ਕਹਿ ਚੁੱਕੇ ਹਨ। ਆਸਕਿੰਗ ਪ੍ਰਾਈਸ ਤੋਂ ਜ਼ਿਆਦਾ ਇਹਨਾਂ ਨੇ ਘਰ ਵੇਚਿਆ ਔਰ ਜੇਕਰ ਤੁਸੀਂ ਆਪਣਾ ਘਰ ਖਰੀਦਣਾ ਵੀ ਚਾਹੁੰਦੇ ਹੋ ਤਾਂ ਵੀ ਇਹ ਤੁਹਾਨੂੰ ਵਧੀਆ ਰੇਟ ਦੇ ਉੱਤੇ ਨੈਗੋਸ਼ੀਏਟ ਕਰਵਾ ਕੇ ਸੈਲਰ ਦੇ ਨਾਲ ਉਹ ਵੀ ਦਵਾਉਂਦੇ ਹਨ। ਤੇ ਕਹਿਣ ਦਾ ਭਾਵ ਹੈ ਜੇਕਰ ਤੁਸੀਂ ਸੈਲਰ ਹੋ ਜਾਂ ਫਿਰ ਤੁਸੀਂ ਬਾਇਰ ਹੋ, ਇਹ ਦੋਵਾਂ ਦਾ ਧਿਆਨ ਰੱਖਦੇ ਹਨ ਔਰ ਪ੍ਰੀ ਅਪਰੂਵਲ ਹੋਣ ਤੋਂ ਬਾਅਦ ਤੁਹਾਨੂੰ ਤੁਹਾਡਾ ਡ੍ਰੀਮ ਹਾਊਸ ਜਿਹੜਾ ਹੈਗਾ ਉਹ ਦਵਾਉਂਦੇ ਹਨ। ਕਿੰਨਾ ਕੁ ਟਾਈਮ ਲੱਗ ਜਾਂਦਾ ਜਦ ਤੁਸੀਂ ਲਿਸਟਿੰਗ ਕਰਦੇ ਹੋ ਔਰ ਕਿੰਨੇ ਕੁ ਟਾਈਮ ਜੇ ਤੁਸੀਂ ਸੈਲ ਕਰ ਦਿੰਦੇ ਹੋ ਘਰ? देखो डिपेंड करता है कि ऐसी समटाइम्स वी पुट द राइट प्राइस इन द मार्केट, कार बड़ी जल्दी निकल जाता है विद इन अ डे और टू आजकल ऑफर्स आ ਜਾਂਦੀਆਂ ਨੇ, बंच ऑफ यू नो कॉल्स ਆਉਂਦੀਆਂ ਨੇ ਜਿਨ੍ਹਾਂ ਕਿ ਅਸੀਂ ਮਤਲਬ ਵੀ ਨੈਵਰ ਮਿਸ ਐਨੀ ਕਾਲ। ਅਗਰ ਅਸੀਂ ਕੋਈ ਕਾਲ ਮਿਸ ਵੀ ਹੁੰਦੀ ਹੈ ਤੇ ਵੀ ਡੈਫੀਨਿਟਲੀ ਕਾਲ ਬੈਕ ਵਿਦ ਟੈਕਸਟ ਮੈਸੇਜ ਐਂਡ ਵੀ ਆਰ ਔਨ ਟਾਪ ਆਫ ਆਵਰ ਕਾਲਸ। ਤੇ ਕੋਈ ਵੀ ਬਾਹਰ ਸਾਡੇ ਕੋਲ ਆਂਦਾ ਅਸੀਂ ਲੂਜ਼ ਨਹੀਂ ਕਰਦੇ। ਨਾਰਮਲੀ ਪਹਿਲਾਂ ਟ੍ਰੈਂਡ ਹੁੰਦਾ ਸੀ ਵੀ 12 ਮਹੀਨੇ ਦੀ 1 ਮਹੀਨੇ 1 ਸਾਲ ਦੇ ਲਿਸਟਿੰਗ ਹੁੰਦੀ ਸੀ। now you know we speak with the sellers kyunki market bahut hot hai, we go with 6 months depend karta seller de utte te 6 months to jab naam di listing hundi hai ghar te ek hafte 10 din vich 15 din vich vik jande ne ajkal kyunki menu lagda hai Gurdeep Singh ji ki inventory market de vich hai nahi aur buyer jede ne they are eagerly waiting to you know buy the house and that's why you know you can sell easily I think. ਹਾਂਜੀ ਡੈਫੀਨਿਟਲੀ ਵੀ ਅਸੀਂ ਐਜੂਕੇਟ ਵੀ ਕਰਦੇ ਹਾਂ ਆਪਣੇ ਸੈਲਰ ਨੂੰ ਵੀ ਮਾਰਕੀਟ ਦੇ ਐਨਾਲਿਸਿਸ ਪੂਰੇ ਕਰਕੇ ਉਹਨਾਂ ਨੂੰ ਅਸੀਂ ਸੀਐਮਏ ਇੱਕ ਹੁੰਦਾ ਵੇ ਜਿਹੜੇ ਕਿ ਅਸੀਂ ਪ੍ਰਾਪਰਟੀ ਦੀ ਪ੍ਰਾਈਸਿੰਗ ਅਸੀਂ ਸਾਰਾ ਕਰਦੇ ਹਾਂ, ਚੈੱਕ ਕਰਦੇ ਹਾਂ, ਉਹਦੇ ਬਾਅਦ ਆਪਣੇ ਸੈਲਰ ਨੂੰ ਸਾਰਾ ਕੁਝ ਐਕਸਪਲੇਨ ਕਰਦੇ ਹਾਂ, ਸੈਲਰ ਨੂੰ ਸਮਝਾਉਂਦੇ ਹਾਂ ਕਿ ਵੀ ਵਾਟ ਇਜ਼ ਦਾ ਰਾਈਟ ਪ੍ਰਾਈਸ, ਵਾਟ ਸ਼ੁੱਡ ਬੀ ਦਾ ਪ੍ਰਾਈਸ ਟੂ ਪੁੱਟ ਇਟ ਇਨ ਦਾ ਮਾਰਕੀਟ। ਸੋ ਇਫ ਵੀ ਵਾਂਟ ਟੂ ਸੈਲ ਇਟ ਲਾਈਕ ਅਗਰ ਜਲਦੀ ਸੈਲ ਕਰਨਾ ਹੋਵੇ, ਰਾਈਟ ਅਵੇ ਸੈਲ ਕਰਨਾ ਹੋਵੇ ਜਾਂ ਅਸੀਂ ਥੋੜਾ ਟਾਈਮ ਪਾ ਕੇ ਸੈਲ ਕਰਨਾ ਹੈ तो इट डिपेंड्स ऑन द सिचुएशन। और सारे सर्कमस्टांसेस ਅਸੀਂ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ ਤੇ ਡੈਫੀਨਿਟਲੀ ਵੀ ਹੈਲਪ ਥਰੂ ਆਊਟ ਆਵਰ ਸੈਲਰਸ। ਠੀਕ ਹੈ ਹਰਮਨ ਸਿੰਘ ਜੀ, ਸੋ ਹਾਊ ਕੈਨ ਯੂ نو ਵੀ ਫਾਈਂਡ ਯੂਰ ਲਿਸਟਿੰਗਸ ਐਂਡ ਹਾਊ ਕੈਨ ਯੂ ਹੈਲਪ ਅਸ ਟੂ ਫਾਈਂਡ ਦ ਹਾਊਸਸ? ਦੇਖੋ ਸਾਨੂੰ ਤੇ ਤੁਸੀਂ ਜਦੋਂ ਸਾਨੂੰ ਕਾਲ ਕਰਦੇ ਹੈਗੇ ਹੋ ਕਿ ਸਾਡਾ ਇੱਕ ਹੁੰਦਾ ਕਿ ਤੇ ਸਾਡੇ ਕੋਲ ਆਪਣੀ ਲਿਸਟਿੰਗਸ ਹੈਗੀਆਂ ਨੇ। ਸੈਕੰਡਲੀ ਵੀ ਆਲ ਬਿਲੋਂਗ ਟੂ ਵਨ ਐਸੋਸੀਏਸ਼ਨ ਮਲਟੀਪਲ ਲਿਸਟਿੰਗ ਸਰਵਿਸ, ਵੀ ਆਲ ਸ਼ੇਅਰ ਆਵਰ ਡਾਟਾਬੇਸ ਟੂ ਈਚ ਅਦਰ। ਸਾਰੇ ਰੀਅਲਟਰਸ ਹੀ ਮਿਲ ਕੇ ਕਿ ਜਿਹੜਾ ਦੂਜਾ ਰਿਐਲਟਰ ਹੈਗਾ ਤੁਸੀਂ ਕੋਈ ਘਰ ਵੇਖਿਆ ਸਾਈਨ ਲੱਗਾ ਬਾਹਰ, ਇਟ ਨੈਸੈਸਰੀ ਇਨ ਦਿਸ ਇਜ਼ ਨਾਟ ਨੈਸੈਸਰੀ ਕਿ ਤੁਸੀਂ ਉਸੇ ਏਜੰਟ ਨੂੰ ਹੀ ਕਾਲ ਕਰਨੀ ਹੈ ਤੂੰ ਕਰ ਲੈਣਾ। ਤੁਸੀਂ ਸਾਨੂੰ ਕਾਲ ਕਰੋ, ਸਾਨੂੰ ਐਡਰੈਸ ਦਿਓ ਤੇ ਅਸੀਂ ਉਹ ਸੇਮ ਘਰ ਤੁਹਾਨੂੰ ਐਕਸੈਸ ਲੈ ਕੇ ਵੀ ਕੈਨ ਸ਼ੋ ਤੁਹਾਨੂੰ ਅਸੀਂ ਘਰ ਦਿਖਾ ਸਕਦੇ ਹਾਂ। ਅਸੀਂ ਐਡਵਾਈਸ ਕਰਦੇ ਹਾਂ ਕਿ ਇੱਕ ਏਜੰਟ ਨਾਲ ਕੰਮ ਕਰੋ होंदा कि जो तुम मल्टीपल एजेंट काम करते हो कई बार होंदा कि तुहानू चारों एजेंट ने सेम घर भेजता हुण तुसीं ओह कन्फ्यूजन हो गया भी मैं किहड़े एजेंट दा घर वेखण जावां राइट पर कई एजेंट होंदे ने जिहड़े मार्केट दे विच हैगे ने जिहड़े तुहानू ओवरपावर करना चाहुंदे ने कि भई मैं लिस्टिंग तुहानू भेजी सी तुसीं मेरे कोल घर नहीं लिया तुसीं ऐ कीता ऐ कीता ऐ कीता यू नो अननेसेसरी एग्रेवेशन क्रिएट होंदियां ने असीं बड़ी बार देखिआ है कि प्रॉब्लम होंदियां ने साडे नाल आ वी आर वेरी ओपन बुक बिजनेस करदे आ साडी कंपनी है तुसीं साडे नाल काम कर रहे हो असीं एडवाइस करदे आ कि तुसीं इक्को एजेंट नाल काम करो मगर अगर तुसीं कल नूं कोई दूजा घर किसी दूजे एजेंट नाल वेख लिआ तो सानूं तुसीं कहो भी असीं वेख लिआ कर सकदे बाय मिस्टेक वेख लिआ असीं वी नॉट की कंपनी तुहानूं असीं फाइट करांगे राइट एडवाइस यू असीं तुहानूं एजुकेट करदे आ साडा मेन गोल है कि तुहानूं फ्रॉम बिगिनिंग टू एंड तक एजुकेट करना कि तुसीं कोई मिस्टेक ना करो ते नंबर वन स्टैप कोई घर वेखिआ तुहानूं मार्केट नज़र आंदा ज़िलो नज़र आया तुहानूं MLS नज़र आया कोई साइन देखिआ जस्ट गिव अस अ कॉल जिहड़े एजेंट नाल काम कर रहे हो साडे आफिस दे विच एजेंट नूं कॉल करो उह तुहानूं उसे घर दी अपॉइंटमेंट लै के तुहानूं दिखाएगा This is a very important part because Karana database is all shared by everybody. Right. So, Harman Singh ji, well, इतने ये भी बन दिया कि एक तो transparency भी जड़ी है कि Omni Realty जड़ी है दें दी है अपने customers नो अपने clients नो ते नाल जड़ी listing तुसी लेने हो ओ तुसी उन्होंने top dollar भी दवाने हो सवाल ये भी आ रहे हैं कि भाई can you do the loan with no tax returns 2020 tax return is not filed yet लोग ये भी पूछ रहे हैं सवाल ਅਸੀਂ पिछले कोविड तो पहले नो टैक्स रिटर्न प्रोग्राम बड़े होंदे सी फिर कोविड के टाइम ते बंद हो गए क्योंकि कोविड दे विच बिजनेस नहीं सी ते बैंक्स नूं पता सीगा भी बिजनेस है नहीं ते इस करके लोन वाले प्रोग्राम बंद हो गए सी हुण बिजनेस स्टार्ट हो गए ने काफ़ी बिजनेसिस ने टैक्स रिटर्न नहीं फाइल कीती क्योंकि अजे डिले चल रहा है बिजनेस बैक टू नॉर्मल आ रहा है तो उस करके थोड़ा जिहा डिले है टैक्स रिटर्न फाइल सानूं काफ़ी कॉल आउंदियां ने कि टैक्स रिटर्न नहीं फाइल कीती पर दैट्स ओके साढ़े को हुण दोबारा प्रोग्राम बड़े आ गए हैं नो टैक्स रिटर्न वाले मल्टीपल प्रोग्राम है डिपेंड करता तो डाउन पेमेंट की बेस उत्ते इट स्टार्ट्स हुण लास्ट वीक प्रोग्राम दोबारा शुरू होया एक सीगा कि तुसीं अपने बिजनेस की बैंक स्टेटमेंट की बेस से लोन करा सकते हो और 10% डाउन पर आ गया दोबारा पहले होंदा सीगा फिर इट वेंट टू 25% डाउन कर हो चला गया सी हुण दोबारा 10% डाउन पर आ गया तो उहदे वास्ते तुसीं सानूं कॉल करो तो असीं दस्सांगे तुहानूं कोई टैक्स रिटर्न की लोड़ नहीं है कोई W2 पे स्टब नहीं चाहिए ਤੁਹਾਡਾ ਬਿਜ਼ਨਸ ਅੱਛਾ ਚੱਲ ਰਿਹਾ ਤੁਸੀਂ ਆਪਣੇ ਬਿਜ਼ਨਸ ਦੀ ਬੈਂਕ ਸਟੇਟਮੈਂਟ ਲੈ ਕੇ ਆ ਜਾਓ ਸਾਡੇ ਕੋਲ ਅਸੀਂ ਉਹਦੀ ਬੇਸ ਤੇ ਤੁਹਾਨੂੰ ਅਪਰੂਵਲ ਲੈ ਦਾਂਗੇ ਤੇ ਇਟਸ ਨਾਟ ਕਿ ਸਾਨੂੰ ਕਾਲ ਕਰੋ ਦੈਨ ਵਿਲ ਗੋ ਥਰੂ ਦਾ ਹੋਲ ਪ੍ਰੋਸੈਸ ਕਿ ਤੁਹਾਨੂੰ ਕਿਹੜਾ ਪ੍ਰੋਗਰਾਮ ਤੁਹਾਨੂੰ ਸੂਟ ਕਰਦਾ ਗੁਰਦੀਪ ਸਿੰਘ ਜੀ ਕਈ ਸਾਰੇ ਜਿਹੜੇ ਇਮੀਗ੍ਰੈਂਟਸ ਨੇ ਇਸ ਕੰਟਰੀ ਦੇ ਵਿੱਚ ਨਵੇਂ ਆਏ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਪ੍ਰੋਸੈਸ ਕੀ ਹੈ ਘਰ ਬਾਏ ਕਰਨ ਦਾ ਸੋ ਓਮਨੀ ਰਿਐਲਟੀ ਐਜ਼ ਐਨ ਯੂ ਨੋ ਪ੍ਰੋਫੈਸ਼ਨਲ ਫਰਮ ਰੀਅਲ ਏਸਟੇਟ ਬਿਜ਼ਨਸ ਹਾਊ ਯੂ ਵਿਲ ਐਡਵਾਈਸ them to buy house here in New York ਡੈਫੀਨੇਟਲੀ ਜੀ ਕਈ ਬੰਦੇ ਆਉਂਦੇ ਨੇ ਜਿਨ੍ਹਾਂ ਨੇ ਕੋਈ ਲੀਗਲ ਸਟੇਟਸ ਲੈ ਕੇ ਆਉਂਦੇ ਨੇ ਗ੍ਰੀਨ ਕਾਰਡ ਲੈ ਕੇ ਆਉਂਦੇ ਨੇ ਜਾਂ ਉਹਨਾਂ ਨੂੰ 6 ਮਹੀਨੇ ਸਾਲ ਹੁੰਦਾ ਬਟ ਐਵਰੀਵਨ ਹਰ ਬੰਦੇ ਦਾ ਇੱਕ ਡ੍ਰੀਮ ਹੁੰਦਾ ਕਿ ਅਸੀਂ ਆਪਣਾ ਘਰ ਲਈਏ ਤੇ ਡੈਫੀਨੇਟਲੀ ਉਹਨਾਂ ਦੇ ਮਨ ਦੇ ਵਿੱਚ ਕੁਐਸਚਨ ਚੱਲਦਾ ਹੁੰਦਾ ਹੈ ਕਿ ਯਾਰ ਘਰ ਲੈਣਾ ਮਾਰਕੀਟ ਇਜ਼ ਗੁੱਡ ਮੇਰੇ ਇਸ ਫਰੈਂਡ ਨੇ ਲੈ ਲਿਆ ਮੇਰੇ ਉਸ ਰਿਸ਼ਤੇਦਾਰ ਨੇ ਲੈ ਲਿਆ ਬਟ ਅਸੀਂ ਹੁਣ ਨਵੇਂ ਆਏ ਹਾਂ ਤੇ ਅਸੀਂ ਕਿਸ ਤਰ੍ਹਾਂ ਇਸ ਨੂੰ ਘਰ ਕਿਸ ਤਰ੍ਹਾਂ ਲੈ ਸਕਦੇ ਹਾਂ ਕੋਈ ਗਾਈਡ ਕਰਨ ਵਾਲਾ ਨਹੀਂ ਹੁੰਦਾ ਬਟ ਡੈਫੀਨੇਟਲੀ ਤੁਸੀਂ ਇੱਕ ਐਸਾ ਆਫਿਸ ਹੈ ਜਿਹੜਾ ਤੁਹਾਨੂੰ ਰੀਅਲ ਸਟੇਟ ਦੇ ਨਾਲ ਨਾਲ ਤੁਹਾਨੂੰ ਮਾਰਕੀਟ ਦੇ ਵਿੱਚ ਦੋਵੇਂ ਚੀਜ਼ਾਂ ਦੇ ਵਿੱਚ ਤੁਹਾਨੂੰ ਗਾਈਡੈਂਸ ਮਿਲਦੀ ਹੈ ਔਰ ਅੰਡਰ ਵਨ ਰੂਫ ਮਿਲਦੀ ਹੈ ਇੱਥੇ ਤੁਸੀਂ ਸਾਡੇ ਕੋਲ ਆਉਂਦੇ ਹੋ ਜਦੋਂ ਅਸੀਂ ਤੁਹਾਨੂੰ ਮਾਰਕੀਟ ਦੇ ਨਾਲ ਨਾਲ ਰੀਅਲ ਸਟੇਟ ਤਾਂ ਦੱਸਦੇ ਹਾਂ ਫਿਰ ਤੁਹਾਨੂੰ ਅੱਗੇ ਗਾਈਡ ਵੀ ਕਰਦੇ ਹਾਂ ਸਪੋਜ਼ ਰਾਈਟ ਨਾਓ ਅਗਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਜਾਂ ਤੁਹਾਡੇ ਕੋਲ ਡਾਊਨ ਪੇਮੈਂਟ ਜਾਂ ਕ੍ਰੈਡਿਟ ਕਾਰਡ ਕੋਈ ਵੀ ਤੁਹਾਡੀ ਸਿਚੁਏਸ਼ਨ ਹੁੰਦੀ ਹੈ ਵੀ ਗੋ ਥਰੂ ਵਿਦ ਆਲ ਦਾ ਪ੍ਰੋਸੈਸ ਤੁਹਾਨੂੰ ਇੱਕ ਇੱਕ ਚੀਜ਼ ਅਸੀਂ ਕੁਐਸਚਨ ਪੁੱਛ ਰਹੇ ਹਾਂ ਤੁਹਾਡੇ ਨਾਲ ਟਾਈਮ ਸਪੈਂਡ ਕਰਦੇ ਹਾਂ ਇਹ ਨਹੀਂ ਕਿ ਤੁਸੀਂ ਆਏ ਰਸ਼ ਕਰਕੇ ਦੇਖਿਆ ਵੀ ਤੁਸੀਂ ਨਹੀਂ ਕੁਆਲੀਫਾਈ ਹੁੰਦੇ ਅਸੀਂ ਤੁਹਾਨੂੰ ਟਾਈਮ ਨਹੀਂ ਦਿੱਤਾ ਨਹੀਂ ਅਸੀਂ ਫਿਰ ਵੀ ਤੁਹਾਡੇ ਨਾਲ ਬੈਠਦੇ ਹਾਂ ਤੁਹਾਡੇ ਨਾਲ ਟਾਈਮ ਸਪੈਂਡ ਕਰਦੇ ਹਾਂ ਤੁਹਾਨੂੰ ਪੂਰਾ ਐਜੂਕੇਟ ਕਰਦੇ ਹਾਂ ਕਈ ਵਾਰੀ ਤਾਂ ਸਾਡੇ ਕਸਟਮਰਸ ਕਲਾਇੰਟ ਸਾਡੇ ਐਸੇ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਗਾਈਡ ਕੀਤਾ ਜਿਨ੍ਹਾਂ ਨੂੰ ਸਮਝਾਇਆ ਤੇ 6 ਮਹੀਨੇ ਬਾਅਦ 7-8 ਮਹੀਨੇ ਬਾਅਦ ਉਹਨਾਂ ਦੀ ਕਾਲ ਆਈ ਵੀਰ ਜੀ ਸਾਡੇ ਕੋਲ ਆਈ ਤਾਂ ਡਾਊਨ ਪੇਮੈਂਟ ਰੈਡੀ ਹੋ ਗਈ ਹੈ ਸਾਡਾ ਕ੍ਰੈਡਿਟ ਫਿਕਸ ਹੋ ਗਿਆ ਹੈ ਹੁਣ ਕੀ ਕਰ ਸਕਦੇ ਹੋ ਸਾਡੇ ਵਾਸਤੇ ਫਿਰ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਫਿਰ ਉਹਨਾਂ ਨੂੰ ਜਿਵੇਂ ਉਹਨਾਂ ਨੇ ਸਾਡੀ ਗੱਲ ਮੰਨੀ ਉਹਨਾਂ ਨੂੰ ਐਜੂਕੇਟ ਕੀਤਾ ਉਹਨਾਂ ਨੇ ਗੱਲ ਮੰਨੀ ਸਾਰਾ ਕੁਛ ਉਹਨਾਂ ਨੇ ਉਸ ਤਰ੍ਹਾਂ ਆਪਣਾ ਕੁਆਲੀਫਿਕੇਸ਼ਨ ਠੀਕ ਕੀਤੀ ਤੇ ਫਿਰ ਅਸੀਂ ਉਹਨਾਂ ਨੂੰ ਘਰ ਲੈ ਕੇ ਦਿੱਤਾ ਤੇ ਦੇ ਫੈਲਟ ਲਾਈਕ ਯੈਸ ਡੈਫੀਨਿਟਲੀ ਅਸੀਂ ਇੱਕ ਅੱਛੇ ਆਫਿਸ ਗਏ ਇੱਕ ਅੱਛੇ ਪ੍ਰੋਫੈਸ਼ਨਲ ਬੰਦਿਆਂ ਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਥਰੂ ਆਊਟ ਗਾਈਡ ਕੀਤਾ ਤੇ ਅੱਜ ਅਸੀਂ ਆਪਣੇ ਘਰ 'ਚ ਬੈਠੇ ਹਾਂ ਤੇ ਦੈਨ ਇੱਕ ਗੁੱਡ ਵਰਡ ਸਾਡੇ ਵਾਸਤੇ ਇੱਕ ਸਪਰੈਡ ਹੁੰਦਾ ਵੇ ਤੇ ਜਿਹੜਾ ਕਿ ਸਾਨੂੰ ਬੜੀ ਅੱਛੀ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਚਲੋ ਅਸੀਂ ਕਿਸੇ ਦੀ ਹੈਲਪ ਕਰ ਸਕੇ ਕਿਸੇ ਦੀ ਮਦਦ ਕਰ ਸਕੇ ਅਸੀਂ ਬਿਲਕੁਲ 6 ਮਹੀਨਾ ਪਹਿਲਾਂ ਤੁਸੀਂ ਦੱਸਿਆ ਉਹਨਾਂ ਦਾ ਕਾਲ ਆਇਆ ਤੁਸੀਂ ਉਹਨਾਂ ਨੂੰ ਘਰ ਦਿਵਾਇਆ ਔਰ ਜਿਹੜਾ ਘਰ ਹੈਗਾ ਉਹਨਾਂ ਦਾ ਡ੍ਰੀਮ ਹਾਊਸ ਉਹ ਲੈ ਕੇ ਉਹਨਾਂ ਦਾ ਮਨ ਵੀ ਖੁਸ਼ ਹੋਇਆ ਹੋਣਾ ਔਰ ਉਹਨਾਂ ਅੱਗੇ ਦੱਸਿਆ ਵੀ ਹੋਣਾ ਸੋ ਆਈ ਥਿੰਕ ਓਮਨੀ ਰਿਐਲਟੀ ਜਿਹੜੀ ਹੈਗੀ ਹੈ ਮੌਰਗੇਜ ਦਾ ਵਿੱਚ ਤਾਂ ਜਿੱਥੇ ਉਹਨਾਂ ਨੇ ਆਪਣਾ ਸਕਸੈਸਫੁਲ 25 ਸਾਲ ਦਿੱਤੇ ਹੁਣ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈਗੀ ਆ, ਔਰ ਖਾਸ ਤੌਰ ਦੇ ਉੱਤੇ 2020 ਤੋਂ ਜਦ ਤੋਂ COVID-19 ਦੀ ਸਿਚੁਏਸ਼ਨ ਸ਼ੁਰੂ ਹੋਈ ਹੈ, ਜਿਹੜੀ ਓਮਨੀ ਰਿਐਲਟੀ ਦੀ ਟੀਮ ਹੈ, ਜਿਹੜੀ ਇਹਨਾਂ ਦੀ ਪ੍ਰੋਫੈਸ਼ਨਲ ਟੀਮ ਹੈ, ਕਈ ਸਾਰੇ ਜਿਹੜੇ ਡ੍ਰੀਮ ਹਾਊਸਸ ਨੇ ਉਹ ਇਸ ਪੈਂਡੈਮਿਕ ਦੇ ਵਿੱਚ ਵੀ ਪੂਰੇ ਕਰ ਚੁੱਕੇ ਹਨ। ਤੇ ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਹੋ ਕਿ ਪੈਂਡੈਮਿਕ ਤੋਂ ਪਹਿਲਾਂ ਕਿਸ ਤਰੀਕੇ ਨਾਲ ਟੀਮ ਕੰਮ ਕਰ ਰਹੀ ਹੋਣੀ ਹੈ, ਔਰ ਪੈਂਡੈਮਿਕ ਹੋਣ ਦੇ ਬਾਵਜੂਦ ਵੀ ਇਸ ਟੀਮ ਨੇ ਆਪਣੀ ਸਰਵਿਸਿਜ਼ ਕਲਾਇੰਟਸ ਨੂੰ ਦਿੱਤੀਆਂ, ਜਿੱਥੇ ਉਹਨਾਂ ਨੂੰ ਸਿਰਫ ਘਰ ਨਹੀਂ ਦਿਵਾਇਆ, ਯਾਨੀ ਕਿ ਉਹਨਾਂ ਦੀ ਜ਼ਿੰਦਗੀ ਨੂੰ ਵੀ ਬਿਹਤਰ ਕਰਤਾ। ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨਾ ਚਾਹੁੰਦੇ ਹੋ ਔਰ ਆਪਣੇ ਡ੍ਰੀਮ ਹਾਊਸ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਹੋ, ਭਾਵੇਂ ਤੁਸੀਂ ਕੁਈਨਸ, ਲੌਂਗ ਆਈਲੈਂਡ ਜਾਂ ਫਿਰ ਬ੍ਰੌਂਕਸ, ਬਰੁਕਲਿਨ ਜਾਂ ਫਿਰ ਮੈਨਹੈਟਨ ਰਹਿੰਦੇ ਹੋ, ਜਿੱਥੇ ਕਿਤੇ ਵੀ ਰਹਿੰਦੇ ਹੋ, ਤੁਸੀਂ ਕੁਈਨਸ ਤੋਂ ਲੈ ਕੇ ਲੌਂਗ ਆਈਲੈਂਡ ਦੇ ਵਿੱਚ ਜਿੱਥੇ ਕਿਤੇ ਵੀ ਘਰ ਲੈਣਾ ਚਾਹੁੰਦੇ ਹੋ, ਭਾਵੇਂ ਤੁਸੀਂ ਲੌਂਗ ਆਈਲੈਂਡ ਦੇ ਵਿੱਚ ਨਿਊ ਹਾਈਟ ਪਾਰਕ ਲੈਣਾ ਚਾਹੁੰਦੇ ਹੋ, ਭਾਵੇਂ ਤੁਸੀਂ ਜਾਣਾ ਚਾਹੁੰਦੇ ਹੋ ਅੱਗੇ ਹਿਕਸਵਿਲ ਜਾਣਾ ਚਾਹੁੰਦੇ ਹੋ, ਪਲੇਨ ਵਿਊ ਜਾਣਾ ਚਾਹੁੰਦੇ ਹੋ, ਮਿਨੀਓਲਾ ਜਾਣਾ ਚਾਹੁੰਦੇ ਹੋ, ਵੈਸਟਬੇਰੀ ਜਾਣਾ ਚਾਹੁੰਦੇ ਹੋ, ਮਟਨ ਟਾਊਨ ਜਾਣਾ ਚਾਹੁੰਦੇ ਹੋ, ਜ਼ੈਰੀਕੋ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਹੋਰ ਅੱਗੇ ਸਫਲੋ ਕਾਉਂਟੀ ਜਾਣਾ ਚਾਹੁੰਦੇ ਹੋ, ਤਾਂ ਓਮਨੀ ਰਿਐਲਟੀ ਜਿਹੜਾ ਹੈਗਾ ਹੈ ਉਹ ਤੁਹਾਡੇ ਡ੍ਰੀਮ ਨੂੰ ਪੂਰਾ ਕਰ ਰਹੀ ਹੈ। 7184417000 ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਘਰ ਲੱਭ ਰਹੇ ਹੋ ਆਪਣਾ ਕੁਈਨਸ ਦੇ ਵਿੱਚ, ਰਿਚਮੰਡ ਹਿੱਲ, ਸਾਊਥ ਰਿਚਮੰਡ ਹਿੱਲ, ਕੁਈ ਗਾਰਡਨਸ, ਫੋਰੈਸਟ ਹਿੱਲ, ਵੁੱਡ ਹੈਵਨ, ਓਜ਼ੋਨ ਪਾਰਕ, ਸਾਊਥ ਓਜ਼ੋਨ ਪਾਰਕ, ਰੌਕਵੇ, ਜਿੱਥੇ ਕਿਤੇ ਵੀ ਤੁਸੀਂ ਆਪਣਾ ਘਰ ਲੈਣਾ ਚਾਹੁੰਦੇ ਹੋ, ਉੱਥੇ ਹਰਮਨ ਸਿੰਘ ਜੀ ਹੋਰੀ ਤੁਹਾਨੂੰ ਤੁਹਾਡਾ ਜਿਹੜਾ ਡ੍ਰੀਮ ਹਾਊਸ ਦਵਾਉਣਗੇ। ਔਰ ਜੇਕਰ ਤੁਸੀਂ ਰਿਚਮੰਡ ਹਿੱਲ ਦੇ ਵਿੱਚ, ਰਿਚਮੰਡ ਹਿੱਲ, ਸਾਊਥ ਰਿਚਮੰਡ ਹਿੱਲ, ਓਜ਼ੋਨ ਪਾਰਕ, ਜਮਾਇਕਾ, ਕਿਊ ਗਾਰਡਨਸ ਜਾਂ ਫਿਰ ਤੁਸੀਂ ਫੋਰੈਸਟ ਹਿੱਲ ਦੇ ਵਿੱਚ ਆਪਣਾ ਘਰ ਵੇਚਣਾ ਚਾਹੁੰਦੇ ਹੋ, ਜੈਕਸਨ ਹਾਈਟ ਦੇ ਵਿੱਚ ਆਪਣਾ ਘਰ ਵੇਚਣਾ ਚਾਹੁੰਦੇ ਹੋ, ਤਾਂ ਵੀ ਤੁਸੀਂ 7184417000 ਤੇ ਕਾਲ ਕਰ ਸਕਦੇ ਹੋ। ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ, ਔਰ ਬ੍ਰੇਕ ਤੋਂ ਬਾਅਦ ਵੀ ਲਗਾਤਾਰ ਸਾਡਾ ਇਹ ਪ੍ਰੋਗਰਾਮ ਇਸੇ ਤਰੀਕੇ ਨਾਲ ਰਹੇਗਾ ਜਾਰੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਓਮਨੀ ਮੌਰਗੇਜ ਬੁਲੇਟਿਨ, ਓਮਨੀ ਰਿਐਲਟੀ ਦੇ ਨਾਲ ਹੀ ਅੱਜ ਅਸੀਂ ਪੰਜਾਬ ਐਵਨਿਊ ਦੇ ਵਿੱਚ ਤੁਹਾਨੂੰ ਐਡਵਾਈਸ ਜਿਹੜੀ ਹੈਗੀ ਹੈ ਦਿੱਤੀ ਜਾ ਰਹੀ ਹੈ ਗੁਰਦੀਪ ਸਿੰਘ ਜੀ ਅਤੇ ਹਰਮਨ ਸਿੰਘ ਜੀ ਵੱਲੋਂ ਕਿ ਤੁਸੀਂ ਜਿਹੜਾ ਆਪਣਾ ਡ੍ਰੀਮ ਹਾਊਸ ਹੈ ਕਿਵੇਂ ਲੈ ਸਕਦੇ ਹੋ। ਸਵਾਲ ਜਿਹੜੇ ਨੇ ਦਰਸ਼ਕਾਂ ਦੇ ਬਦਸਤੂਰ ਸਾਡੇ ਕੋਲ ਆ ਰਹੇ ਹਨ, ਉਹਨਾਂ ਵਿੱਚੋਂ ਇੱਕ ਸਵਾਲ ਆਇਆ ਜੀ, ਮਾਈ ਨੈਫਿਊ ਕੋ ਸਾਈਨ ਫॉर ਅਸ ਵੈਨ ਵੀ ਬੌਟ ਦਾ ਹਾਊਸ, ਕੈਨ ਵੀ ਟੇਕ ਹਿਸ ਨੇਮ ਆਫ ਵਿਦਆਊਟ ਰੀਫਾਈਨੈਂਸਿੰਗ ਦਾ ਹਾਊਸ? ਦੇਖੋ ਜੀ, ਇਹ ਕੋ ਸਾਈਨ ਵਾਲਾ ਵੇ ਇਟਸ ਅ ਵੈਰੀ ਬਿਗ ਟਾਪਿਕ ਹੁੰਦਾ ਵੇ ਸਾਡੀ ਕਮਿਊਨਿਟੀ ਵਿੱਚ, ਹਰ ਕਮਿਊਨਿਟੀ ਦੇ ਵਿੱਚ। ਜਦੋਂ ਤੁਸੀਂ ਕਰ ਲਿਆ ਕਿ ਤੁਹਾਡੀ ਮੌਰਗੇਜ ਪੇਮੈਂਟ ਤੁਸੀਂ ਕੁਆਲੀਫਾਈ ਨਹੀਂ ਕੀਤਾ, ਤੁਸੀਂ ਕਿਸੇ ਰਿਲੇਟਿਵ ਦੀ ਹੈਲਪ ਲਈ ਕੋਸਾਈਨ ਕਰਾਇਆ, ਉਹਨਾਂ ਦੀ ਇਨਕਮ ਯੂਜ਼ ਕੀਤੀ, ਲੋਨ ਕਲੋਜ਼ ਕਰ ਲਿਆ। ਹੁਣ ਉਹ ਤੁਹਾਡੇ ਨੈਫਿਊ, ਕਈ ਵਾਰ ਨੌਲੇਜ ਨਹੀਂ ਹੁੰਦੀ, ਉਹ ਆਪਣਾ ਅਲੱਗ ਕਰ ਲੈਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਕਿ ਵੀ ਮੇਰਾ ਲੋਨ ਨਹੀਂ ਹੋ ਰਿਹਾ ਕਿਉਂਕਿ ਮੈਂ ਕੋਸਾਈਨ ਕੀਤਾ ਸੀ, ਤੇ ਉਸ ਕਰਕੇ ਆਪਣਾ ਨਾਮ ਬਣਾਉਣਾ ਚਾਹੁੰਦੇ ਨੇ। ਮਗਰ ਉਹਦੇ 'ਚ ਇੱਕ ਕਲੋਜ਼ ਹੁੰਦਾ ਵੇ ਕਿ ਅਗਰ ਤੁਹਾਡੇ ਨੈਫਿਊ ਨੇ ਕੋਈ ਪੇਮੈਂਟ ਨਹੀਂ ਕੀਤੀ, ਲਾਸਟ 12 ਪੇਮੈਂਟ ਜਿਹੜੀਆਂ ਤੁਸੀਂ ਆਪ ਕਰ ਰਹੇ ਹੋ, ਤੇ ਤੁਸੀਂ ਮੌਰਗੇਜ ਕੰਪਨੀ ਨੂੰ ਚੈੱਕ ਪ੍ਰੋਵਾਈਡ ਕਰੋ, ਪਿਛਲੇ 12 ਕੈਂਸਲ ਚੈੱਕ ਮੌਰਗੇਜ ਦੇ, ਕਿ ਪ੍ਰੂਵ ਕਰੋ ਕਿ ਮੌਰਗੇਜ ਤੁਹਾਡੇ ਨੈਫਿਊ ਨੇ ਪੇ ਨਹੀਂ ਕੀਤੀ, ਤੁਸੀਂ ਪੇ ਕੀਤੀ ਹੈ। ਉਹਦੇ ਵਿੱਚ ਉਹ ਨੈਫਿਊ ਦੇ ਅਗੇਂਸਟ ਲਾਇਬਿਲਿਟੀ ਕਾਊਂਟ ਨਹੀਂ ਕਰਦੇ। ਅਗਰ ਕੋਈ ਹੋਰ ਰੀਜ਼ਨ ਹੈ ਕਿ ਨੈਫਿਊ ਨੂੰ ਨਾਮ ਕਰਨਾ ਚਾਹੁੰਦਾ ਹੈ, ਕੋਈ ਸਮ ਅਦਰ ਫੈਮਿਲੀ ਰੀਜ਼ਨ, ਰੀਫਾਈਨਾਂਸ ਤੁਹਾਨੂੰ ਕਰਨਾ ਹੀ ਪਏਗਾ, ਕਿਉਂਕਿ ਨੇਮ ਡੀਡ 'ਚ ਤਾਂ ਡਿਪੈਂਡ ਕਰਦਾ, ਨਿਕਲ ਸਕਦਾ ਅਗਰ ਤੁਸੀਂ ਕਰਨਾ ਚਾਹੋ ਤੇ ਤੁਹਾਡਾ ਅਟਾਰਨੀ ਕਰ ਦੇਗਾ। ਅਗਰ ਤਾਂ ਮੌਰਗੇਜ ਨਾਮ ਸੀਗਾ, ਉਹਨੇ ਕੋਸਾਈਨ ਕੀਤਾ ਹੋਵੇ, ਸੋ ਦੈਟ ਯੂ ਹੈਵ ਟੂ ਰੀਫਾਈਨਾਂਸ, ਉਹਨੂੰ ਕਰਨਾ ਪਏਗਾ ਨਾਮ ਕਢਾਉਣ ਵਾਸਤੇ। ਮਗਰ ਮਾਈ ਐਡਵਾਈਸ, ਅਗਰ ਨੈਫਿਊ ਕਰ ਲੈ ਰਿਹਾ ਐਂਡ ਸਿਰਫ ਉਹਨੂੰ ਆਪਣੀ ਲਾਇਬਿਲਿਟੀ ਵੇਵ ਕਰਨਾ ਚਾਹੁੰਦਾ ਹੋਵੇ ਕਿ ਉਹਨੂੰ ਲੋਨ ਮਿਲ ਜਾਵੇ, ਉਹਦੇ ਵਿੱਚ ਤੁਸੀਂ ਬੈਂਕ ਲੋਨ ਅਫਸਰ ਨੂੰ ਗੱਲ ਕਰੋ ਜਾਂ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਕਿ 12 ਚੈੱਕ ਤੁਸੀਂ ਪ੍ਰੋਵਾਈਡ ਕਰ ਦਿਓ ਉਹਨੂੰ ਪਿਛਲੇ 1 ਸਾਲ ਦੇ, ਕਿ ਤੁਹਾਡੇ ਨੈਫਿਊ ਨੂੰ ਕੋਈ ਪੇਮੈਂਟ ਨਹੀਂ ਕੀਤੀ ਤੁਹਾਡੇ ਘਰ ਦੀ। ਸੋ ਉਹ ਆਪਣੀ ਇਨਕਮ ਦੀ ਬੇਸ 'ਤੇ ਆਪਣਾ ਨਵਾਂ ਘਰ ਲੈ ਸਕਦਾ ਵਿਦਆਊਟ ਐਨੀ ਪ੍ਰੋਬਲਮ, ਵਿਦਆਊਟ ਐਨੀ ਲਾਇਬਿਲਿਟੀ ਤੁਹਾਡੇ ਘਰ ਦੀ। ਠੀਕ ਹੈ। ਐਂਡ ਇੱਕ ਸਵਾਲ ਇਹ ਵੀ ਆਇਆ ਜੀ ਕਿ ਕ੍ਰੈਡਿਟ ਸਕੋਰ ਸਾਡਾ ਘੱਟ ਹੈ, ਮੇਰਾ ਕ੍ਰੈਡਿਟ ਸਕੋਰ 645 ਹੈ ਜੀ, ਔਰ ਮੈਨੂੰ ਪ੍ਰੋਬਲਮ ਆ ਰਹੀ ਹੈ ਹੋਮ ਲੋਨ ਦੇ ਵਿੱਚ, ਓਮਨੀ ਸਾਨੂੰ ਕਿਵੇਂ ਹੈਲਪ ਕਰ ਸਕਦਾ ਸਾਡਾ ਲੋਨ ਨੂੰ ਅਪਰੂਵ ਕਰਾਉਣ ਲਈ? ਦੇਖੋ, ਅਗਰ ਤੁਹਾਡਾ ਸਕੋਰ 645 ਹੈ, ਅਸੀਂ 580 ਤੱਕ ਲੋਨ ਕਰਦੇ ਹਾਂ ਸਕੋਰ, ਤਾਂ ਅਗਰ ਤੁਹਾਡਾ 645 ਹੈ, ਦਿੱਕਤ ਆ ਰਹੀ ਹੈ, ਮੇ ਵੀ ਤੁਸੀਂ ਕਨਵੈਨਸ਼ਨਲ ਲੋਨ ਟਰਾਈ ਕਰ ਰਹੇ ਹੋ। ਕਨਵੈਨਸ਼ਨਲ ਲੋਨ ਦੇ ਵਿੱਚ ਹਾਈ ਸਕੋਰ ਰਿਕੁਆਇਰਡ ਹੁੰਦਾ ਵੇ, 645 ਤੇ ਕਈ ਵਾਰ ਲੋਨ ਨਹੀਂ ਅਪਰੂਵ ਹੁੰਦਾ, ਡਿਪੈਂਡ ਕਰਦਾ ਡਾਊਨ ਪੇਮੈਂਟ ਕਿੰਨੀ ਦੇ ਰਹੇ ਹੋ। ਅਗਰ ਡਾਊਨ ਪੇਮੈਂਟ ਜ਼ਿਆਦਾ ਦੇ ਰਹੇ ਹੋ ਤੇ 645 ਤੇ ਵੀ ਅਪਰੂਵ ਹੋ ਜਾਏਗਾ। ਅਗਰ ਡਾਊਨ ਪੇਮੈਂਟ ਕੋਈ 5-10% ਦੇ ਰਹੇ ਹੋ, ਦੈਨ ਪ੍ਰੋਬਲਮ ਹੈ, ਕਨਵੈਨਸ਼ਨਲ ਲੋਨ ਡਿਫੀਕਲਟ ਅਪਰੂਵ ਹੁੰਦੇ ਨੇ 645 ਤੇ, ਭਾਵੇਂ ਕਹਿੰਦੇ ਨੇ ਕਿ ਵੀ 620 ਤੱਕ ਹੁੰਦੇ ਨੇ, ਬਟ ਸਾਡਾ ਐਕਸਪੀਰੀਅੰਸ ਹੈ ਕਿ 645 ਤੇ ਕਨਵੈਨਸ਼ਨਲ ਲੋਨ ਅਪਰੂਵ ਨਹੀਂ ਹੁੰਦੇ। ਉਹ FHA ਲੋਨ ਹੋ ਸਕਦਾ ਵੇ, FHA ਵਾਸਤੇ ਵੀ ਗੋ ਅਪ ਟੂ 580। ਤੇ ਅਗਰ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਤੇ ਉਹਨੂੰ ਕੋਸ਼ਿਸ਼ ਕਰਕੇ, ਅਗਰ ਨਹੀਂ ਹੋ ਰਿਹਾ ਤੇ ਅਗਰ ਡਾਊਨ ਪੇਮੈਂਟ ਘੱਟ ਹੈਗੀ ਤੇ ਗੋ ਫਾਰ FHA ਲੋਨ, ਤੁਹਾਡਾ ਲੋਨ ਅਪਰੂਵ ਹੋ ਜਾਏਗਾ। ਅਗਰ ਫਿਰ ਵੀ ਤੁਹਾਨੂੰ ਕੋਈ ਫਰਦਰ ਗਾਈਡੈਂਸ ਚਾਹੀਦੀ ਹੈ, ਤੁਸੀਂ ਕੰਟਰੈਕਟ ਸਾਈਨ ਕੀਤਾ, ਘਰ ਪਸੰਦ ਆਇਆ, ਘਰ ਨਹੀਂ ਛੱਡਣਾ ਚਾਹੁੰਦੇ ਹੋ, ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਇੱਕ ਸਰਵਿਸ ਹੈਗੀ ਜਿਹੜੀ ਕ੍ਰੈਡਿਟ ਸਕੋਰ ਬੂਸਟ ਕਰਦੀ ਹੈ। They may be with that boost service and all, our score 670, 680, total loan close. So we can help you, we walk you through the whole process with the credit, you know, score. Gurdeep Singh ji, 3.5 to 4% agar down payment hoye ta loan ho sakda aur main maafi chahunga ghar dwa sakde ho tusi ohna nu definitely dwa sakde ha ji kyunki since assi hamesha kehna ki everything is under one roof assi tonu pre approve bhi karde ha once we get the pre approval we start showing you the houses te 3.5 to 4% agar tusi down payment hai then still yes you are able to buy the house definitely bilkul so jive main tanu kya ki tusi agar apna man bana rahe ho Queens to Long Island Janda, New Hyde Park, Valley Stream, Elmont, Manhasset Hills, या फिर तुसी आगे चल जाओ Searing Town, Roslyn Heights, या फिर Roslyn Harbour, Port Washington, तुसी Town of North Hempstead जाना चाहने हो, या फिर तुसी जाना चाहने हो Town of Oyster Bay, Hicksville, Plainview, Bethpage, Jericho, Mutton Town, या फिर Glen Cove, या फिर Plainview, जेकर तुसी इत्थे किथे करना चाहने हो Town of Oyster Bay दे विच तुसी ਗੁਰਦੀਪ ਸਿੰਘ ਜੀ ਹੋਰਾਂ ਨਾਲ ਰਾਬਤਾ ਕਰ ਸਕਦੇ ਹੋ ਤੁਹਾਨੂੰ ਉਹ ਸ਼ੋ ਕਰ ਦੇਣਗੇ ਔਰ ਜੇਕਰ ਤੁਸੀਂ ਨਿਊਲੀ ਕੰਸਟਰਕਟਡ ਹਾਊਸ ਦੇ ਵਿੱਚ ਜਾਣਾ ਚਾਹੁੰਦੇ ਹੋ ਯੂ ਲੁਕਿੰਗ ਫॉर ਕੰਡੋਜ਼ ਔਰ ਯੂ ਲੁਕਿੰਗ ਫॉर ਸਮਾਲ ਅਪਾਰਟਮੈਂਟਸ ਇਵਨ ਦੈਟ ਕਾਈਂਡ ਆਫ ਓਪਰਚੁਨਿਟੀਜ਼ ਆਲਸੋ ਅਵੇਲੇਬਲ ਵਿਦ ਹਰਮਨ ਸਿੰਘ ਜੀ ਨਿਊ ਕੰਸਟਰਕਸ਼ਨ ਹਾਊਸਸ ਵਿਲ ਸ਼ੋ ਯੂ ਇਨ ਨੈਕਸਟ ਸ਼ੋਜ਼ ਹਾਊ ਦੇ ਆਰ ਬਿਲਡਿੰਗ ਨਿਊ ਹਾਊਸਸ ਐਂਡ ਦੇ ਵਿਲ ਮੇਕ ਯੂਰ ਯੂ ਨੋ ਡ੍ਰੀਮ ਟਰੂ ਐਂਡ ਯੂ ਕੈਨ ਲਿਵ ਇਨ ਯੂਰ ਡ੍ਰੀਮ ਹਾਊਸ ਇਨ ਨਿਊਲੀ ਕੰਸਟਰਕਟਡ ਹਾਊਸ ਇਵਨ ਯੂ ਆਰ ਲੁਕਿੰਗ ਨਿਊਲੀ ਕੰਸਟਰਕਟਡ ਹਾਊਸਸ ਇਨ ਲੌਂਗ ਆਈਲੈਂਡ You can call 516-441-7000 or 718-441-7000. You can book an appointment with Gurdeep Singh ji. If you need a VVIP showing, then you can also call Gurdeep Singh ji and call Harman Singh ji. They will definitely give you a VVIP services. When I say VVIP, is very, very important. And je tusi ohnu kahunge ki just Punjabi de show vekhya te triple VVIP tuhanu service milegi aur tuhanu naal hi ਉਹ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਗਾਈਡ ਵੀ ਕਰਨਗੇ ਜੇਕਰ ਨੈਗੋਸ਼ੀਏਸ਼ਨ ਦੀ ਲੋੜ ਵੀ ਹੋਏਗੀ ਤੁਹਾਡੇ ਨਾਲ ਬੈ ਕੇ ਨੈਗੋਸ਼ੀਏਟ ਵੀ ਕਰਨਗੇ ਔਰ ਜੇਕਰ ਤੁਸੀਂ ਆਪਣਾ ਘਰ ਸੈਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਾਪ ਡਾਲਰ ਵੀ ਦੇਣਗੇ ਸੋ ਕਾਲ ਓਮਨੀ ਰੀਅਲਟੀ ਰਾਈਟ ਨਾਓ ਐਂਡ ਗੈਟ ਆਲ ਯੂਰ ਸਰਵਿਸਿਜ਼ ਅੰਡਰ ਵਨ ਰੂਫ ਇਵਨ ਯੂ ਆਰ ਲੁਕਿੰਗ ਫॉर ਯੂਰ ਲੋਨ ਯੂ ਲੁਕਿੰਗ ਫॉर ਯੂਰ ਪ੍ਰੀ ਅਪਰੂਵਲ ਯੂ ਸਟਿਲ ਹੰਟਿੰਗ ਫॉर ਅ ਹਾਊਸ ਬਟ ਯੂ ਡੋਨਟ ਹੈਵ ਅ ਲੋਨ ਰਾਈਟ ਨਾਓ ਇਨ ਯੂਰ ਹੈਂਡ ਯੂ ਕੈਨ ਕਾਲ ਹਰਮਨ ਸਿੰਘ ਜੀ ਵਾਂਸ ਯੂ ਗੈਟ ਯੂਰ ਪ੍ਰੀ ਅਪਰੂਵਲ ਦੈਨ ਯੂ ਕੈਨ ਕਾਲ ਗੁਰਦੀਪ ਸਿੰਘ ਜੀ So Omni Mortgage and Omni Realty giving you both the services under one roof, and they are building your trust. They are building, their customer trust, and also building your dream house, and also winning your heart. Te man banao, aaja. So man banao te aaja. Bahut bahut dhanwad toda Harman Singh ji, bahut bahut dhanwad toda Gurdeep Singh ji, joining us tonight in this special episode where we are telling our viewers ki apna man banao te aaja. ਛੇਤੀ ਚਲੇ ਜਾਓ ਤੁਸੀਂ ਓਮਨੀ ਰਿਐਲਟੀ ਦੇ ਕੋਲ 516-441-7000 ਤੇ ਕੋਲ ਘੁਮਾਓ 718-441-7000 ਤੇ ਫੋਨ ਘੁਮਾਓ ਤੇ ਮਨ ਬਣਾਓ ਤੇ ਛੇਤੀ ਹਰਮਨ ਸਿੰਘ ਜੀ ਕੋਲ ਅਤੇ ਗੁਰਦੀਪ ਸਿੰਘ ਜੀ ਦੇ ਕੋਲ ਆ ਜਾਓ ਧੰਨਵਾਦ ਮਿਲਾਂਗੇ ਨੈਕਸਟ ਵੀਕ ਜਿੰਦੇ ਰਹੋ ਵਸਦੇ ਰਹੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਘਰਦਿਆਂ ਨੂੰ ਖੁਸ਼ ਰੱਖੋ ਹਾਂ ਜੇ ਘਰ ਲੈਣਾ ਜਾਂ ਘਰ ਦੇ ਵਿੱਚ ਜਾਣਾ ਤੇ ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ ਧੰਨਵਾਦ ਸਤਿ ਸ੍ਰੀ ਅਕਾਲ